ਉਹਨਾਂ ਨੂੰ ਹੋਰ ਉਹਨਾਂ ਦੇ ਸੰਘਰਸ਼ ਨੂੰ ਬਲ ਦੇਣ ਲਈ ਬਾਘਾ ਪੁਰਾਣਾ ਵਿਖੇ ਬਾਹਾਂ ਸੰਮੇਲਨ ਕਰਵਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਅਤੇ ਕੇਜਰੀਵਾਲ ਜਿੱਥੇ ਪਹੁੰਚ ਚੁੱਕੇ ਨੇ ਅਤੇ ਉੱਥੇ ਰੈਲੀ 'ਤੇ ਜਾ ਕੇ ਉਹ ਗੱਲ ਕਰਨਗੇ। ਇਹ ਉਹੀ ਅਰਵਿੰਦ ਕੇਜਰੀਵਾਲ ਹੈ ਜਿਹਨੇ 3 ਵਾਰੀ ਮੋਦੀ ਨੂੰ ਹਰਾਇਆ ਹੋਇਆ ਦਿੱਲੀ ਦੇ ਵਿੱਚ। ਇਹ ਉਹੀ ਕੇਜਰੀਵਾਲ ਹੈ ਜਿਹਨੇ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਤੋਂ ਮਨਾ ਕਰਤਾ ਸੀ ਜਦੋਂ ਬੀਜੇਪੀ ਨੇ ਇਜਾਜ਼ਤ ਮੰਗੀ ਸੀਗੀ ਕਿਸਾਨਾਂ ਨੂੰ, ਅਸੀਂ ਸਟੇਡੀਅਮ ਅੱਜ ਬੰਦ ਕਰ ਦਾਂਗੇ। ਸੋ ਉੱਥੇ ਸੇਵਾਦਾਰ ਦੀ ਭੂਮਿਕਾ ਦੇ ਤੌਰ 'ਤੇ ਨਿਭਾ ਰਹੇ ਹਾਂ, ਅੱਜ ਵੀ ਨਿਭਾ ਰਹੇ ਹਾਂ ਬਾਰਡਰਾਂ 'ਤੇ, ਅਤੇ ਪਾਣੀ ਤੋਂ ਲੈ ਕੇ ਕੰਬਲ ਤੋਂ ਲੈ ਕੇ ਲੰਗਰ ਤੱਕ। ਸੋ ਜੋ ਵੀ ਨੋਨ ਪੋਲੀਟੀਕਲ ਹੋ ਕੇ ਅਸੀਂ ਉੱਥੇ ਬਾਰਡਰਾਂ ਦੇ ਉੱਤੇ ਸੇਵਾ ਕਰ ਰਹੇ ਹਾਂ। ਸੋ ਅੱਜ ਆ ਕੇ ਅਰਵਿੰਦ ਕੇਜਰੀਵਾਲ ਜੀ ਇੱਥੇ ਸਾਡੇ ਵਰਕਰਾਂ ਦਾ ਵਲੰਟੀਅਰਾਂ ਦਾ ਹੌਸਲਾ ਵਧਾਉਣ। ਮਾਂ ਸਾਹਿਬ ਅੱਜ ਦੀ ਰਣਨੀਤੀ ਕੀ ਰਹੇਗੀ? ਅੱਜ ਅਸੀਂ ਪੰਜਾਬ ਦੌਰੇ ਤੇ ਅਰਵਿੰਦ ਕੇਜਰੀਵਾਲ ਜੀ ਪਹੁੰਚੇ ਨੇ, ਤਾਂ ਕੀ ਰਣਨੀਤੀ ਰਹੇਗੀ? ਕਿੱਥੇ ਕਿੱਥੇ ਜਾਇਆ ਜਾਏਗਾ, ਕਿਸ ਤਰੀਕੇ ਨਾਲ? ਬਾਘਾ ਪੁਰਾਣਾ ਜਾਣਾ ਜੀ, ਬਾਘਾ ਪੁਰਾਣਾ ਜਾਣਾ, ਬਾਘਾ ਪੁਰਾਣਾ ਜਾ ਕੇ ਵਾਪਸੀ ਹੈ, ਅਤੇ ਬਹੁਤ ਵੱਡਾ ਸੰਮੇਲਨ ਹੈ, ਲੱਖਾਂ ਦੀ ਗਿਣਤੀ 'ਚ ਲੋਕ ਆ ਰਹੇ ਨੇ, ਅਤੇ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਦਿਨ ਸੜਕ ਤੋਂ ਲੈ ਕੇ ਸੰਸਦ ਤੱਕ ਕਿਸਾਨ ਸੰਘਰਸ਼ ਦਾ ਜਿਹੜਾ ਸਮਰਥਨ ਕੀਤਾ ਗਿਆ, ਔਰ ਜਦੋਂ ਵੀ ਜਿੱਥੇ ਵੀ ਮੌਕਾ ਮਿਲਦਾ ਅਸੀਂ ਬੋਲਦੇ ਹਾਂ, ਹੱਕ 'ਚ ਬੋਲਦੇ ਹਾਂ ਕਿਸਾਨਾਂ ਦੇ ਹੱਕ 'ਚ, ਕਿ ਲੋਕਾਂ ਦਾ ਢਿੱਡ ਭਰਨ ਵਾਲਾ ਆਪਣੇ ਚੁੱਲ੍ਹਿਆਂ ਨੂੰ ਬਚਾਉਣ ਦੀ ਚਿੰਤਾ ਕਰ ਰਿਹਾ, ਜਿਹਨੂੰ ਆਪਾਂ ਅੰਨਦਾਤਾ ਕਹਿ ਰਹੇ ਸੀ, ਅੱਜ ਉਹ ਭਿਖਾਰੀ ਬਣਾ ਕੇ ਰੱਖਤਾ। ਮਤਲਬ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪਿੱਛੇ ਪਿੱਛੇ ਜਾਣਾ ਪੈ ਰਿਹਾ, ਜਦਕਿ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਸੀ ਉਹਨਾਂ ਦੀ ਗੱਲ, ਆਪਣੇ ਮੈਨੀਫੈਸਟੋ 'ਚ ਸਵਾਮੀਨਾਥਨ ਕਮਿਸ਼ਨ ਦੀਆਂ ਲਾਗੂ ਕਰਨ ਦੀਆਂ ਗੱਲਾਂ ਕਹਿ ਕੇ, ਇਹ ਸ਼ਾਂਤਾ ਕੁਮਾਰ ਕਮੇਟੀ ਦੀਆਂ ਲਾਗੂ ਕਰੀ ਜਾਂਦੇ ਆ। ਸੋ ਸਾਰਾ ਕੁਛ ਪ੍ਰਾਈਵੇਟ ਸੈਕਟਰ ਨੂੰ ਦੇਣਾ ਇਹ ਸਰਾਸਰ ਗਲਤ ਹੈ, ਅਤੇ ਜਿਹੜਾ ਵੀ ਸੰਘਰਸ਼ ਜਿਸ ਮੋਰਚੇ ਤੋਂ ਵੀ ਸਾਨੂੰ ਯੋਗਦਾਨ ਪਾਉਣਾ ਪਿਆ, ਪੋਲੀਟੀਕਲ ਚਾਹੇ ਨਾਨ ਪੋਲੀਟੀਕਲ, ਅਸੀਂ ਪਾਵਾਂਗੇ। ਕਿਸਾਨੀ ਨੂੰ ਲੈ ਕੇ ਦਿੱਲੀ ਸਰਕਾਰ ਕਰੋਨਾ ਲੈ ਕੇ ਸਤਰਕ ਹੈ, ਕੀ ਤੁਹਾਨੂੰ ਉੱਥੇ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਉਲੰਘਣਾ ਕਰਦੇ ਉਹਦੇ ਚਲਾਨ ਕੱਟੇ ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਵੀ ਕਰੋਨਾ ਹੈਗਾ ਤੇ ਲੱਖ ਬੰਦੇ ਦਾ ਇਕੱਠ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ? ਅਸੀਂ ਉੱਥੇ ਮਾਸਕ ਸੈਨੇਟਾਈਜ਼ਰ ਦਾ ਪੂਰਾ ਪ੍ਰਬੰਧ ਕੀਤਾ ਲੱਖਾਂ ਦੀ ਗਿਣਤੀ 'ਚ, ਔਰ ਆਪ ਅਸੀਂ ਖੁਦ ਸਾਰੇ ਕੱਲ੍ਹ ਜਿਹੜੇ ਆਪਣੇ ਕਰੋਨਾ ਦੇ ਟੈਸਟ ਨੈਗੇਟਿਵ ਦੀ ਰਿਪੋਰਟ ਨਾਲ ਲੈ ਕੇ ਆਏ ਹਾਂ, ਅਤੇ ਅਸੀਂ ਉੱਥੇ ਜਿਹੜਾ ਮੇਨਟੇਨ ਕਰਾਂਗੇ ਹਦਾਇਤਾਂ ਨੂੰ। ਬਾਕੀ ਕਾਂਗਰਸ ਕਹਿੰਦੀ ਹੈ ਕਿ ਰੈਲੀ ਨਾ ਕਰੋ, ਤਾਂ ਕਾਂਗਰਸ ਵਾਲਿਆਂ ਨੂੰ ਚਾਹੀਦਾ ਕਿ ਉਹ ਬੰਗਾਲ ਕਾਂਗਰਸ ਨਾਲ ਵੀ ਗੱਲ ਕਰ ਲੈਣ, ਉੱਥੇ ਤਾਂ ਉਹ ਇਲੈਕਸ਼ਨ ਲੜ ਰਹੇ ਨੇ, ਹੈਂ ਪੁਡੀਚੇਰੀ 'ਚ ਲੜ ਰਹੇ ਨੇ, ਉਹ ਕੇਰਲਾ 'ਚ ਲੜ ਰਹੇ ਨੇ, ਤਾਮਿਲਨਾਡੂ ਅਤੇ ਆਸਾਮ 'ਚ ਲੜੀ ਜਾਂਦੇ ਨੇ। ਸੋ ਇਹ ਇਸ ਤਰ੍ਹਾਂ ਦੇ ਕੋਈ ਦੋਹਰੇ ਮਾਪਦੰਡ ਨਾ ਰੱਖੋ, ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜਾ ਕਰੋਨਾ ਦੀ ਜਿਹੜੀਆਂ ਹਦਾਇਤਾਂ ਨੇ ਪੁਲਿਸ ਵੱਲੋਂ ਜਿਹੜੀ ਪਰਮਿਸ਼ਨ ਦੇ ਵਿੱਚ ਸਾਨੂੰ ਕਹੀਆਂ ਨੇ ਅਸੀਂ ਲੱਗਦਾ। ਇਹ ਰੈਲੀ 'ਚ ਬਹੁਤ ਕੁਛ ਚਰਚਾ ਹੋਊਗੀ, ਤੁਹਾਨੂੰ ਨਵਾਂ ਕੁਛ ਮਿਲੂਗਾ ਐਲਾਨ, ਅਤੇ ਬਾਕੀ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਤੁਸੀਂ ਸਰਵੇ ਵੀ ਦੇਖਿਆ ਹੋਣਾ ਜਿਹੜਾ ਕਿਸੇ ਪੈਨਲ ਨੇ ਕੀਤਾ, ਅਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਲੀਡ ਅਤੇ ਇੱਕ ਪੰਜਾਬੀਆਂ ਦੀ ਉਮੀਦਾਂ ਦੀ ਪਾਰਟੀ ਦੇ ਤੌਰ 'ਤੇ ਉੱਭਰ ਕੇ ਦੇਖਿਆ ਗਿਆ। ਤੁਸੀਂ ਅਸੀਂ ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ ਤਾਂ ਕਿ ਅਸੀਂ ਉਹਨਾਂ ਸਰਵਿਆਂ ਤੋਂ ਵੀ ਜ਼ਿਆਦਾ ਜਿਹੜੇ ਨੇ ਸੀਟਾਂ ਜਿੱਤ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਮਿਸ਼ਨ। ਲੋਕਾਂ ਦਾ ਗਿਲਾ ਰਹਿੰਦਾ ਕਿ ਦੋ ਜਿਹੜੀ ਚੋਣਾਂ ਹੁੰਦੀਆਂ ਨੇ ਵਾਅਦੇ ਕੀਤੇ ਜਾਂਦੇ ਨੇ ਪਰ ਪੂਰੇ ਨਹੀਂ ਕੀਤੇ ਜਾਂਦੇ, ਕਿ ਤੁਹਾਡੀ ਪਾਰਟੀ ਸਿਰਫ ਵਾਅਦੇ ਕਰੇਗੀ ਜਾਂ ਪੂਰੇ ਵੀ ਕਰੇਗੀ? ਆਮ ਆਦਮੀ ਪਾਰਟੀ ਨੇ ਜਿੰਨੇ ਵਾਅਦੇ ਪੂਰੇ ਜਿਹੜੇ ਕੀਤੇ ਨੇ ਦਿੱਲੀ 'ਚ ਉਹ ਤੋਂ ਵੱਧ ਪੂਰੇ ਕੀਤੇ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੀ ਨੇ ਜਿਹੜੀਆਂ ਅਸੀਂ ਮੈਨੀਫੈਸਟ ਲਿਖੀਆਂ ਨੇ। ਅਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਕਿ ਚਾਰ ਵਾਅਦੇ ਕਰਕੇ ਜੇ ਤੁਸੀਂ 3 ਪੂਰੇ ਕਰਦੇ ਹੋ ਤਾਂ ਲੋਕ ਜਿਹੜੇ ਨੇ ਨਾਰਾਜ਼ ਹੁੰਦੇ ਨੇ ਕਿ ਸਾਰੇ ਪੂਰੇ ਨਹੀਂ ਕੀਤੇ, ਬਜਾਏ ਇਸ ਦੇ ਕਿ 3 ਵਾਅਦੇ ਕਰ ਲਓ ਪਰ 4 ਕਰ ਦਿਓ, ਤਾਂ ਲੋਕ ਕਹਿੰਦੇ ਹਾਂਜੀ ਜਿਹੜੀ ਸਰਕਾਰ ਹੈ ਉਹ ਆਪਣੇ ਵਾਅਦਿਆਂ ਨੂੰ ਪੂਰੇ ਕਰਕੇ ਜ਼ਿਆਦਾ ਕਰ ਰਹੀ ਹੈ। ਜਿਵੇਂ ਦਿੱਲੀ 'ਚ ਹਸਪਤਾਲ, ਜਿਵੇਂ ਦਿੱਲੀ ਦੀ ਵਿੱਚ ਬਿਜਲੀ, ਜਿਵੇਂ ਦਿੱਲੀ ਦੇ ਵਿੱਚ ਜਿਹੜਾ ਪਾਣੀ, ਜਿੰਨੀਆਂ ਫੈਸਿਲਿਟੀਆਂ ਦਿੱਲੀ 'ਚ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਚਰਚਾ ਹੈ। ਇਸ ਕਰਕੇ ਆਮ ਆਦਮੀ ਪਾਰਟੀ ਉਹੀ ਕਹਿੰਦੀ ਹੈ ਜੋ ਕਰਦੀ। ਮਾਨਸਾ ਪਿਛਲੀ ਰੈਲੀ ਅਕਾਲੀ ਦਲ ਦੀ ਸੁਖਬੀਰ ਬਾਦਲ ਕਹਿੰਦੇ ਸੀ ਕੋਈ ਕਰੋਨਾ ਦੀ ਜਾਂ ਸਰਕਾਰ ਜਲਦੀ ਰੈਲੀ, ਦੇਖੋ ਮੈਂ ਤਾਂ ਉਹਨਾਂ ਦੀ ਕਾਮਯਾਬੀ ਦੀ ਕਾਮਨਾ ਕਰੂੰ, ਪਰ ਅਸੀਂ ਤਾਂ ਟੈਸਟ ਕਰਾ ਕੇ ਆ ਰਹੇ ਹਾਂ, ਹੁਣ ਫਿਰ ਜਾ ਕੇ ਕੱਲ੍ਹ ਨੂੰ ਪਾਰਲੀਮੈਂਟ ਜਾਣਾ, ਫਿਰ ਜਾ ਕੇ ਉੱਥੇ ਟੈਸਟ ਕਰਾਵਾਂਗੇ। ਸੋ ਅਸੀਂ ਤਾਂ ਕੋਈ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਂਦੇ ਜੀ, ਅਤੇ ਮੈਂ ਠੀਕ ਹਾਂ ਜੀ, ਮੈਂ ਪਰਸੋਂ ਠੀਕ ਸੀ ਜੀ, ਬਿਮਾਰੀ ਏਦਾਂ ਦੀ ਹੈ। ਲੋਕਾਂ ਨੂੰ ਵੀ ਬੇਨਤੀ ਕਰਾਂਗੇ ਵੀ ਚੁਣਾਵ ਆ ਰਹੇ ਨੇ, ਰੈਲੀਆਂ ਦੌਰ ਜਾ ਹੈਦਰਾਬਾਦ ਤੋਂ ਲੈ ਕੇ ਬੰਗਾਲ ਤੱਕ ਜਦੋਂ ਵੱਡੇ ਵੱਡੇ ਰੈਲੀਆਂ ਪ੍ਰਧਾਨ ਮੰਤਰੀ ਕਰ ਰਿਹਾ, ਫਿਰ ਉਹ ਕਿ ਆ ਫਿਰ ਦੂਜੇ ਨੂੰ ਕਿਤੇ ਕਰਦੇ।